ਇਹ ਹੈਗਾ ਭਾਅ ਜੀ ਆਪਣਾ ਟੂਲ ਸਾਰਾ, ਠੀਕ ਹੈ ਜੀ। 13 ਨੰਬਰ ਦੀ ਚਾਬੀ ਲੱਗਣੀ ਭਾਅ ਜੀ, 13 ਨੰਬਰ ਦੇ ਨਟ ਲਿਆਉਣੇ ਆ। ਅਤੇ ਇੱਥੇ ਆ 135 ਵਾਲਾ ਪਲਸਰ ਵਾਲਾ, ਇਹ ਲਾਉਣਾ ਹੁਣ ਆਪਾਂ। ਪਹਿਲਾਂ ਆਹ ਲੱਗਾ ਸੀ ਆਪਣੇ, ਪੱਤੀਆਂ ਲਾਈਆਂ ਸੀ ਆਪਾਂ, ਠੀਕ ਹੈ ਜੀ। ਅਤੇ ਹੁਣ ਇਹ ਲਾਉਣਾ ਆ। ਅਤੇ ਇਹ ਚੀਜ਼ ਨੂੰ ਭਾਅ ਜੀ, ਆਹ ਚੀਜ਼ ਹੈ ਕਿਹੜੀ ਨਾ, ਇਹ ਗੱਭੇ ਵੱਢਣੀ ਆ, ਦੋਨਾਂ ਪਾਸੇ ਇੱਧਰੋਂ ਵੀ ਮਿਣ ਕੇ ਇੱਧਰੋਂ ਵੀ ਮਿਣ ਕੇ ਬਰੂਬਰ, ਹੈ ਨਾ, ਮਿਣ ਕੇ ਫਿਰ ਇੱਧਰ ਜੁੜ ਜਾਣੀ ਆ। ਦੇਖੋ ਇੱਦਾਂ ਆਪਾਂ ਕਿਤੇ ਵੀ ਨਾਪ ਕਰਕੇ ਇਹਨੂੰ ਪਾ ਸਕਦੇ ਹਾਂ। ਜੇ ਇੱਥੇ ਮੋਹਰੇ ਉੱਪਰ ਸਾਈਜ਼ ਨਹੀਂ ਹੈਗਾ ਨਾ, ਇੱਥੇ ਖੁੱਲ੍ਹਾ ਆ ਜਾਂ ਛੋਟਾ ਆ ਸਾਈਜ਼, ਇੱਦਾਂ ਆਹ ਸਾਈਜ਼ ਆ, ਇਹ ਨਾ ਲਾਗੇ ਹੋਵੇ, ਫਿਰ ਇਹਨੂੰ ਵੱਢਣਾ ਪੈਣਾ ਗੱਭਿਓਂ। ਵੱਢਣ ਦਾ ਕਾਰਨ ਇਹ ਆ ਵੀ ਆਹ ਚੀਜ਼ ਜਿਹੜੀ ਭਾਅ ਜੀ, ਆਹ ਚੀਜ਼ ਜਿਹੜੀ ਦੇਖੋ, ਇਹ ਆਹ ਦੇਖ, ਇਹ 'ਚ ਇੱਦਾਂ ਪੈ ਜਾਣੀ, ਇਹਦੇ ਵਿੱਚ ਪੈ ਗਈ, ਇੱਧਰੋਂ ਇਹ ਵੀ ਪੈ ਜਾਣੀ ਭਾਅ ਜੀ, ਇਹ ਇੱਧਰੋਂ ਪਈ ਨਹੀਂ ਨਾ, ਇਹ ਦੇਖੋ ਇੱਦਾਂ ਪੈ ਜਾਣੀ ਭਾਅ ਜੀ, ਦੇਖੋ ਬਹਿ ਗਈ ਹੈ ਨਾ। ਅਤੇ ਇਹਦੇ ਨਾਲ ਤਾਂ ਦੇਖੋ ਗੱਭੇ ਵੀ ਜੁੜ ਗਿਆ, ਇਹਦੇ ਨਾਲ ਸੋਹਣਾ ਵੀ ਬਹੁਤ ਲੱਗਣਾ, ਐਨ ਆਪਣੇ ਟਿਕਾਣੇ 'ਤੇ ਕਿੱਦਾਂ ਹੁੰਦੀ ਹੈ, ਨੰਬਰ ਪਲੇਟ ਐਨ ਸਹੀ ਜਗ੍ਹਾ 'ਤੇ ਹੋਣਾ ਆ। ਅਤੇ ਫਿਰ ਆਪਾਂ ਲਾਈਟ ਵੀ ਲਾਈਏ, ਇਹਦਾ ਅੱਗੇ ਤੁਹਾਨੂੰ ਦਿਖਾਈਆਂ ਵੀ ਵੀਡੀਓ ਦੇ ਵਿੱਚ। ਅਤੇ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਖੋਲ੍ਹਣਾ ਭਾਅ ਜੀ, ਸੀਟ ਖੋਲ੍ਹਣੀ ਹੈ ਇਹਦੀ, ਅਤੇ ਆ ਸੀਟ ਦੇ ਵਿੱਚ ਕਿਹੜਾ ਫਸਦਾ ਹੁੰਦਾ ਹੈ, ਸੀਟ ਇਹਦੇ ਵਿੱਚ ਫਸਦੀ ਹੁੰਦੀ ਹੈ ਨਾ, ਇਹ ਖੋਲ੍ਹ ਦੇਣਾ ਬਸ। ਅਤੇ ਇੱਥੋਂ ਆ ਉਹਦੇ ਉਹ ਗਲੀਆਂ ਤਾਂ ਹੁੰਦੀਆਂ ਹੀ ਆ, ਇਹ ਸਰਾਖ ਇਹਦੇ ਹੁੰਦੇ ਜੀ ਇਹਦੇ, ਠੀਕ ਹੈ ਜੀ। ਇਹ ਸਰਾਖ ਦੇ ਇੱਥੇ ਫਲੱਸ਼ ਕੱਟਦੀਆਂ ਹੁੰਦੀਆਂ, ਇੱਦਾਂ ਰਬੜਾਂ ਹੀ ਆ, ਉਹ ਵੱਢਣੀਆਂ ਪੈਣੀਆਂ ਆਪਾਂ ਨੂੰ ਇੱਥੇ, ਇੱਦਾਂ ਉਹ ਵੱਢ ਦੇਣੀਆਂ ਆ, ਅਤੇ ਉਹਦੇ ਨਾਲ ਇਹ ਉਹਦੇ ਵਿੱਚ ਵੱਢ ਜਾਣਾ, ਐਨ ਫਿੱਟ ਹੋ ਜਾਣਾ ਜਾਣੀ, ਠੀਕ ਆ। ਅਤੇ ਬਾਕੀ ਤੁਹਾਨੂੰ ਹੁਣ ਮੈਂ ਨੰਬਰ ਪਲੇਟ ਲਾ ਕੇ ਫਿੱਟ ਕਰਕੇ ਤੁਹਾਨੂੰ ਮੈਂ ਵੀਡੀਓ ਦਿਖਾਉਣਾ, ਠੀਕ ਹੈ ਭਾਅ ਜੀ। ਅਤੇ ਆਪਣੀ ਬਾਈਕ ਆ, ਬਾਕੀ ਤੁਸੀਂ ਦੇਖਿਆ ਜੀ ਭਾਅ ਜੀ, ਹਾਲੇ ਇੱਕ ਸ਼ੋ ਹੈ ਇਹਦੀ, ਮੰਗਾਈ ਹੋ ਭਾਅ ਜੀ ਨੈੱਟ ਤੋਂ, ਉਹ ਲਾਵਾਂਗੇ ਇਹਦੇ ਮੋਹਰੇ ਮੂੰਹ 'ਤੇ, ਇਹ ਸ਼ੋ ਲਾ ਦੇਣੀ ਮੂੰਹ ਵਾਲੀ। ਅਤੇ ਹੁਣ ਇੱਕ ਇੰਡੀਕੇਟਰ ਨਵੇਂ ਲਾਏ ਆਪਾਂ ਬਸ ਭਾਅ ਜੀ, ਅਤੇ ਇੱਕ ਆਪਾਂ ਦੂਜੀ ਲਾਈਏ, ਠੀਕ ਹੈ, ਨੰਬਰ ਪਲੇਟ ਵਾਲਾ ਸਮਾਨ ਜੁਗਾੜ। ਸੌਖਾ ਹੀ ਆ ਭਾਅ ਜੀ, ਕੋਈ ਤਰੀਕਾ ਨਹੀਂ, ਕੋਈ ਦੂਜਾ ਨਹੀਂ ਲੈਣਾ, ਕੋਈ ਆਈਡੀਆ ਨਹੀਂ ਲੈਣਾ, ਕੋਈ ਆਹ ਕਰਦੇ ਉਹ ਕਰਦੇ ਕੁਛ ਨਹੀਂ, ਬਸ ਲਿਆਓ। ਇਹ 190 ਰੁਪਏ ਦਾ ਆਉਂਦਾ ਹੈ, ਕਿੱਥੋਂ ਮਰਜ਼ੀ ਲਿਆਓ ਭਾਅ ਜੀ, ਮਿਲ ਜਾਣਾ ਆਰਾਮ ਨਾਲ, ਲਿਆ ਕੇ ਪਾਓ ਕਿੱਦਾਂ ਮਰਜ਼ੀ ਵਧੀਆ, ਠੀਕ ਹੈ ਭਾਅ ਜੀ। ਬਾਕੀ ਤੁਹਾਨੂੰ ਮੈਂ ਦਿਖਾਉਣਾ ਭਾਅ ਜੀ ਹੋਰ ਗਾਂਹ ਵੀ ਵੀਡੀਓ ਮੇਰੀ ਭਾਅ ਜੀ, ਸ਼ੇਅਰ ਅਤੇ ਲਾਈਕ ਅਤੇ ਕਮੈਂਟ 'ਚ ਦੱਸਿਓ ਕਿੱਦਾਂ ਭਾਅ ਜੀ, ਕੁਛ ਪੁੱਛਣਾ ਵੀ ਕਮੈਂਟ 'ਚ ਪੁੱਛ ਸਕਦੇ ਹਾਂ ਭਾਅ ਜੀ।